ਆਉਣ ਵਾਲੇ 10 12 ਸਾਲਾਂ ਦੇ ਅੰਦਰ ਅੰਦਰ ਸਾਰਾ ਹੀ ਆਪਣਾ ਇੰਡੀਆ ਹੈ ਜਿਹੜਾ ਡਿਜੀਟਲ ਹੋ ਜਾਵੇਗਾ। ਜਿਵੇਂ ਕਿ 70% ਆਪਣਾ ਆਲਰੇਡੀ ਹੋ ਚੁੱਕਿਆ ਹੈ, ਹਰ ਚੀਜ਼ ਆਪਾਂ ਨੂੰ ਡਿਜੀਟਲੀ ਮਿਲ ਜਾਂਦੀ ਹੈ, ਚਾਹੇ ਆਪਾਂ ਖਾਣ ਵਾਸਤੇ ਲੈਣਾ, ਪਹਿਨਣ ਵਾਸਤੇ ਲੈਣਾ, ਜਾਂ ਕੁਝ ਵੀ ਘਰ ਦੀ ਜੋ ਵੀ ਚੀਜ਼ ਆਪਾਂ ਨੂੰ ਚਾਹੀਦੀ ਹੈ, ਆਪਾਂ ਨੂੰ ਸਾਰਾ ਕੁਝ ਆਨਲਾਈਨ ਮਿਲ ਜਾਂਦਾ ਹੈ। ਤੁਸੀਂ ਆਪ ਸੋਚ ਕੇ ਦੇਖੋ ਕਿ ਡਿਜੀਟਲ ਮਾਰਕੀਟਿੰਗ ਆਪਣੇ ਫਿਊਚਰ ਵਿੱਚ ਕਿੰਨੀ ਇੰਪੋਰਟੈਂਟ ਹੋ ਜਾਵੇਗੀ। ਠੀਕ ਹੈ, ਅੱਜ ਦੀ ਵੀਡੀਓ ਵਿੱਚ ਤੁਹਾਨੂੰ ਸਿੰਪਲ ਐਂਡ ਸ਼ੋਰਟ ਲੈਂਗੁਏਜ ਵਿੱਚ ਪੰਜਾਬੀ ਭਾਸ਼ਾ ਵਿੱਚ ਦੱਸਾਂਗਾ ਕਿ ਡਿਜੀਟਲ ਮਾਰਕੀਟਿੰਗ ਹੁੰਦਾ ਕਿਵੇਂ ਹੈ, ਤੁਸੀਂ ਇਹ ਕਿਵੇਂ ਕਰ ਸਕਦੇ ਹੋ, ਇਸਦੀ ਜੋਬ ਪ੍ਰੋਫਾਈਲ ਕੀ ਹੁੰਦੀ ਹੈ, ਸੈਲਰੀ ਕੀ ਹੁੰਦੀ ਹੈ, ਕਿੰਨੇ ਟਾਈਮ 'ਚ ਇਹ ਕੋਰਸ ਕੰਪਲੀਟ ਹੋ ਜਾਂਦਾ। ਓਕੇ ਦੋਸਤੋ, ਐਂਡ ਇਹ ਤਾਂ ਮੈਂ ਜਸਟ ਤੁਹਾਨੂੰ ਸ਼ੋਰਟ ਫੋਰਮ 'ਚ ਸਮਝਾਵਾਂਗਾ ਕਿ ਡਿਜੀਟਲ ਮਾਰਕੀਟਿੰਗ ਹੁੰਦੀ ਕੀ ਹੈ, ਬਾਕੀ ਕੰਟੀਨਿਊਸ ਵੀਡੀਓ ਵੀ ਪ੍ਰੋਵਾਈਡ ਕਰਵਾਉਂਦਾ ਰਹਾਂਗਾ। ਜੇ ਤੁਹਾਨੂੰ ਇਹ ਬੈਨੀਫਿਸ਼ੀਅਲ ਲੱਗਦੀ ਹੈ ਤਾਂ ਵੀਡੀਓ ਵਿੱਚ ਕਮੈਂਟ ਕਰ ਦਿਓ ਕਿ ਅੱਗੇ ਵੀ ਇਨਫੋਰਮੇਸ਼ਨ ਦਿਓ ਇਸ ਡਿਜੀਟਲ ਮਾਰਕੀਟਿੰਗ ਕੋਰਸਸ ਬਾਰੇ, ਤਾਂ ਮੈਂ ਨੈਕਸਟ ਵੀਡੀਓਜ਼ ਵੀ ਪ੍ਰੋਵਾਈਡ ਕਰਵਾ ਦੇਵਾਂਗਾ, ਫਿਕਰ ਨਾ ਕਰੋ। ਅਤੇ ਹੁਣ ਆਪਾਂ ਗੱਲ ਕਰ ਲੈਂਦੇ ਸਭ ਤੋਂ ਪਹਿਲਾਂ ਡਿਜੀਟਲ ਮਾਰਕੀਟਿੰਗ ਆਖਿਰ ਹੈ ਕੀ ਹੈ, ਇਸ ਵਰਡ ਦਾ ਮੀਨਿੰਗ ਕੀ ਹੈ ਡਿਜੀਟਲ ਮਾਰਕੀਟਿੰਗ ਦਾ। ਤਾਂ ਸਿੰਪਲ ਜੀ ਭਾਸ਼ਾ ਵਿੱਚ ਹੈ, ਡਿਜੀਟਲ ਪਲੇਟਫਾਰਮ 'ਤੇ ਹੈ ਕੋਈ ਵੀ ਪ੍ਰੋਡਕਟ ਹੈ ਜਿਹੜਾ ਉਸਦੀ ਮਸ਼ਹੂਰੀ ਕਰਨਾ ਜਾਂ ਐਡਵਰਟਾਈਜ਼ਮੈਂਟ ਯਾਨੀ ਇਸ਼ਤਿਹਾਰ ਦੇਣ ਨੂੰ ਆਪਾਂ ਕੀ ਕਹਿੰਦੇ ਹਾਂ, ਡਿਜੀਟਲ ਮਾਰਕੀਟਿੰਗ ਕਹਿੰਦੇ ਹਾਂ। ਅਤੇ ਇਹ ਜਿਹੜੇ ਪਲੇਟਫਾਰਮ ਨੇ, ਜਿਹੜੇ ਡਿਜੀਟਲ ਪਲੇਟਫਾਰਮ ਨੇ, ਇਹ ਕਿਹੜੇ ਕਿਹੜੇ ਹੋ ਸਕਦੇ ਨੇ, ਤੁਸੀਂ ਚੈੱਕ ਕਰੋ। ਸਭ ਤੋਂ ਪਹਿਲਾਂ ਨਾਮ ਕਿਹਦਾ ਹੁੰਦਾ, ਵੈਬਸਾਈਟ ਦਾ। ਹੁਣ ਵੈਬਸਾਈਟ ਕੀ ਹੁੰਦੀ ਹੈ ਦੋਸਤੋ, ਉਹ ਤੁਹਾਨੂੰ ਮੈਂ ਸਮਝਾ ਦਿੰਦਾ। ਵੈਬਸਾਈਟ ਦੋਸਤੋ ਹੁੰਦਾ ਕੀ ਹੈ ਤੁਹਾਨੂੰ ਮੈਂ ਇਹ ਐਗਜ਼ਾਮਪਲ ਦੇ ਥਰੂ ਸਮਝਾ ਦਿੰਦਾ। ਜਿਵੇਂ ਮੈਂ ਹੁਣ ਗੂਗਲ 'ਤੇ ਗਿਆ ਅਤੇ ਮੈਂ ਸਰਚ ਕਰ ਲਿਆ ਵਟ ਇਜ਼ ਡਿਜੀਟਲ ਮਾਰਕੀਟਿੰਗ, ਠੀਕ ਹੈ। ਹੁਣ ਨੀਚੇ ਸਰਚਾਂ ਆ ਗਈਆਂ, ਜੋ ਵੀ ਸਰਚ ਕੀਤਾ ਮੈਂ ਨੀਚੇ ਸਾਰਾ ਡਿਟੇਲ ਇਹਨਾਂ ਨੇ ਸ਼ੋ ਕਰਤੀ ਹੈ। ਹੁਣ ਐਗਜ਼ਾਮਪਲ ਦੇ ਤੌਰ 'ਤੇ ਮੈਂ ਕੋਈ ਵੀ ਉਸ 'ਤੇ ਇਨਫੋਰਮੇਸ਼ਨ ਲੈਣਾ ਚਾਹੁੰਦਾ ਕੋਈ ਵੀ ਵੈਬਸਾਈਟ 'ਤੇ, ਸਭ ਤੋਂ ਪਹਿਲਾਂ ਵੈਬਸਾਈਟ ਕੀ ਹੁੰਦੀ ਹੈ, ਨੀਚੇ ਆਹ ਗ੍ਰੀਨ ਲਾਈਨ ਵਿੱਚ ਲਿਖਿਆ ਹੈ HTTP ਯਾਨੀ www.iide.co, ਇਹ ਵੈਬਸਾਈਟ ਹੈ। ਹੁਣ ਇਸ ਦੀ ਇਨਫੋਰਮੇਸ਼ਨ ਮੈਂ ਇਸ ਤੋਂ ਲੈਣਾ ਚਾਹੁੰਦਾ, ਠੀਕ ਹੈ। ਹੁਣ ਇਸਨੇ ਕੀ ਆਪਣੀ ਦੁਕਾਨ ਖੋਲ੍ਹੀ ਹੋਈ ਹੈ ਵੈਬਸਾਈਟ ਵਿੱਚ, ਸਕਦੇ ਹੋ ਸਾਰੀ ਡਿਟੇਲ ਇਹਨੇ ਆਪਣੇ ਕੋਰਸ ਬਾਰੇ ਵੀ ਦੇ ਦਿੱਤੀ ਹੈ। ਤਾਂ ਇਹ ਕੀ ਹੈ, ਇੱਕ ਸ਼ੋਪ ਆ ਗਈ, ਇਹਨਾਂ ਦੀ ਇੱਕ ਦੁਕਾਨ ਆ ਗਈ ਔਨਲਾਈਨ, ਕਿਉਂਕਿ ਮੋਸਟਲੀ ਹੈ 70% ਲੋਕ ਜਿਹੜੇ ਡਿਜੀਟਲ ਹੋ ਚੁੱਕੇ ਨੇ, ਸਾਰਿਆਂ ਕੋਲ ਮੋਬਾਈਲ ਨੇ, ਸਾਰਾ ਕੁਝ ਔਨਲਾਈਨ ਮਿਲ ਜਾਂਦਾ ਹੈ। ਤਾਂ ਕਰਕੇ ਹੁਣ ਇਹਨਾਂ ਨੇ ਕੀ ਸੋਚਿਆ, ਸਾਡਾ ਡਿਜੀਟਲ ਮਾਰਕੀਟਿੰਗ ਦਾ ਕੋਰਸ ਹੈ, ਆਪਾਂ ਵੀ ਔਨਲਾਈਨ ਪ੍ਰੋਵਾਈਡ ਕਰਵਾ ਦਈਏ। ਹੁਣ ਇਹ ਸਿਰਫ ਕੋਰਸ ਦੀ ਗੱਲ ਨਹੀਂ ਹੈ, ਕੋਈ ਵੀ ਪ੍ਰੋਡਕਟ ਹੈ, ਐਗਜ਼ਾਮਪਲ ਦੇ ਤੌਰ 'ਤੇ ਆਪਾਂ ਕੋਈ ਬਿਸਕਿਟ ਹੈ ਜਿਹੜਾ, ਬ੍ਰੈਡ ਹੈ, ਬਿਸਕਿਟ, ਕੋਈ ਵੀ ਚੀਜ਼, ਪੈਂਟ ਹੈ, ਸ਼ੂਜ਼ ਹੈ, ਸਾਰੀ ਹੀ ਚੀਜ਼ਾਂ ਆਪਾਂ ਨੂੰ ਔਨਲਾਈਨ ਮਿਲ ਜਾਂਦਾ ਹੈ। ਅਤੇ ਹਰ ਕਿਸੇ ਦੀ ਇੱਕ ਅਲੱਗ ਵੈਬਸਾਈਟ ਬਣੀ ਹੁੰਦੀ ਹੈ। ਤਾਂ ਪਹਿਲਾ ਸਟੈਪ ਕੀ ਹੁੰਦਾ ਹੈ, ਵੈਬਸਾਈਟ ਬਣਾਉਣਾ ਸਿਖਾਉਂਦੇ ਨੇ। ਵੈਬਸਾਈਟ ਈਜ਼ੀਲੀ ਦੋਸਤੋ ਬਣ ਜਾਂਦੀ ਹੈ, 100-150 ਰੁਪਏ ਵਿੱਚ ਆਈ ਥਿੰਕ ਐਸਾ ਡੋਮੇਨ ਮਿਲ ਜਾਂਦਾ ਹੈ। ਬਟ ਮੇਨ ਕੀ ਹੈ, ਇਸ ਦਾ ਰੈਂਕ ਕਰਵਾਉਣਾ। ਜਿਵੇਂ ਹੁਣ ਮੈਂ ਸਰਚ ਮਾਰਿਆ ਸੀ ਡਿਜੀਟਲ, ਪਹਿਲੇ ਪੇਜ 'ਤੇ ਹੀ ਮਤਲਬ ਉੱਪਰ 3-4 ਜਿਹੜੀ ਵੈਬਸਾਈਟ ਕਿਵੇਂ ਰੈਂਕ ਕਰਵਾਉਣੀ ਆਪਦੀ, ਇਸ ਬਾਰੇ ਪੂਰੀ ਡਿਟੇਲ ਵਿੱਚ ਸਮਝਾਇਆ ਜਾਂਦਾ ਹੈ ਡਿਜੀਟਲ ਮਾਰਕੀਟਿੰਗ ਕੋਰਸ ਵਿੱਚ। ਇਸ ਤੋਂ ਇਲਾਵਾ ਫੇਸਬੁੱਕ 'ਤੇ ਆਪਾਂ ਵੀਡੀਓਜ਼ ਦੇਖਦੇ ਹਾਂ, ਹੈ ਨਾ, ਸਭ ਨੇ ਦੇਖੀ ਹੋਣੀ, ਉਸ ਵਿੱਚ ਐਡਸ ਆ ਜਾਂਦੀ ਨੇ, ਇਹ ਐਡਸ ਕਿਵੇਂ ਲਾਉਣੀ ਹੈ ਅਤੇ ਇਸਦੀ ਕਿਵੇਂ ਐਨਾਲਾਈਟਿਕ ਕਰਨਾ ਵੀ ਕਿਹੜੇ ਬੰਦੇ ਨੂੰ ਇਹ ਐਡਸ ਦਿਖਾਉਣੀ ਹੈ, ਇਸ ਬਾਰੇ ਵੀ ਪੂਰੀ ਇਨਫੋਰਮੇਸ਼ਨ ਇਸ ਵਿੱਚ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਈਮੇਲ ਦੇ ਥਰੂ ਵੀ ਮਾਰਕੀਟਿੰਗ ਕਰਨਾ ਡਿਜੀਟਲ ਮਾਰਕੀਟਿੰਗ ਕੋਰਸ ਵਿੱਚ ਸਿਖਾਉਂਦੇ ਨੇ। ਈਮੇਲ ਦੇ ਥਰੂ ਕਿਵੇਂ ਹੈ, ਕੋਈ ਵੀ ਪ੍ਰੋਡਕਟ ਹੈ ਆਪਣਾ, ਐਗਜ਼ਾਮਪਲ ਦੇ ਤੌਰ 'ਤੇ ਕੋਈ ਮੋਬਾਈਲ ਹੈ, ਉਸ ਦੀ ਆਪਾਂ ਮਸ਼ਹੂਰੀ ਕਰਨੀ ਹੈ, ਤਾਂ ਆਪਾਂ ਜਿਹੜੇ ਵੀ ਈਮੇਲਸ ਹੋਣਗੇ ਉਹਨਾਂ ਨੂੰ ਸੈਂਡ ਕਰ ਦਾਂਗੇ, ਜਿਸ ਵਿੱਚ ਕਿ ਪੂਰਾ ਡਿਸਕ੍ਰਿਪਸ਼ਨ ਮੋਬਾਈਲ ਦਾ ਦਿੱਤਾ ਹੋਵੇਗਾ, ਠੀਕ ਹੈ। ਇਸ ਤਰ੍ਹਾਂ ਦੀ ਮਾਰਕੀਟਿੰਗ ਹੁੰਦੀ ਹੈ। ਇਸ ਤੋਂ ਇਲਾਵਾ ਇੰਸਟਾਗ੍ਰਾਮ, ਟਿਕਟੋਕ ਅਤੇ ਯੂਟਿਊਬ, ਯੂਟਿਊਬ ਖਾਸ ਅੱਜ ਤੱਕ ਮਤਲਬ ਕਿ ਅੱਜ ਦੇ ਟਾਈਮ ਵਿੱਚ ਕਾਫੀ ਪ੍ਰਚਲਿਤ ਹੈ ਯੂਟਿਊਬ ਮਾਰਕੀਟਿੰਗ। ਯੂਟਿਊਬ ਦੇ ਕਿਉਂਕਿ ਲੱਖੋਂ ਕਰੋੜਾਂ ਰੁਪਿਆਂ ਦਾ ਰੈਵਨਿਊ ਜਨਰੇਟ ਹੁੰਦਾ ਦੋਸਤੋ, ਤਾਂ ਕਰਕੇ ਜਿਹੜਾ ਇਹ ਹੈ ਸਾਰਾ ਹੀ ਸਿਸਟਮ ਹੈ। ਇਸ ਤੋਂ ਇਲਾਵਾ ਐਫੀਲੀਏਟ, ਐਮਾਜ਼ੋਨ ਐਫੀਲੀਏਟ, ਸਾਰਾ ਹੀ ਡਿਜੀਟਲ ਮਾਰਕੀਟਿੰਗ ਕੋਰਸ ਦੇ ਅੰਦਰ ਆ ਜਾਂਦਾ। ਤਾਂ ਹੁਣ ਸ਼ੋਰਟ ਵਿੱਚ ਤੁਹਾਨੂੰ ਸਮਝਾਵਾਂ ਕਿ ਇਹ ਸ਼ੋਰਟ ਵਿੱਚ ਹੈ ਕਿ ਡਿਜੀਟਲ ਮਾਰਕੀਟਿੰਗ, ਇਹ ਜਿਹੜੇ ਵੀ ਮੈਂ ਤੁਹਾਨੂੰ ਸੋਸ਼ਲ ਮੀਡੀਆਸ ਦੇ ਨਾਮ ਦੱਸੇ ਨੇ, ਇਹਨਾਂ ਉੱਤੇ ਕੀ ਕਰਦੇ, ਬੜੀ ਬੜੀ ਕੰਪਨੀਆਂ ਨੇ ਜਿਹੜੀ ਬੰਦੇ ਹਾਇਰ ਕਰ ਲੈਂਦੇ ਨੇ, ਕੈਂਡੀਡੇਟਾਂ ਨੂੰ ਹਾਇਰ ਕਰ ਲੈਂਦੇ ਨੇ ਵੀ ਜੋਬ ਵਾਸਤੇ, ਕਿ ਤੁਸੀਂ ਇਹਨਾਂ ਵੈਬਸਾਈਟ ਯਾਨੀ ਜਾਂ ਜਿਹੜੀ ਵੀ ਐਪਲੀਕੇਸ਼ਨਸ ਨੇ, ਇਹ ਸੋਸ਼ਲ ਮੀਡੀਆ ਐਪਲੀਕੇਸ਼ਨ ਨੇ, ਇਹਨਾਂ 'ਤੇ ਸਾਡਾ ਪ੍ਰੋਡਕਟ ਪ੍ਰਮੋਟ ਕਰੋ, ਠੀਕ ਹੈ। ਪ੍ਰੋਡਕਟ ਕੁਝ ਵੀ ਹੋ ਸਕਦਾ ਹੈ, ਕਾਪੀ, ਪੈੱਨ, ਪੈਨਸਿਲ, ਜਾਂ ਕੋਈ ਸੋਫਟਵੇਅਰ, ਜਾਂ ਕੋਈ ਐਪਲੀਕੇਸ਼ਨ, ਕੁਝ ਵੀ ਹੋ ਸਕਦਾ ਦੋਸਤੋ। ਕਿ ਇੱਕ ਡਿਜੀਟਲ ਮਾਰਕੀਟਰ ਦਾ ਕੀ ਕੰਮ ਹੁੰਦਾ ਹੈ, ਜਿਹੜੀ ਵੀ ਕੰਪਨੀ ਵਿੱਚ ਆਪਾਂ ਕੰਮ ਕਰ ਰਹੇ ਹਾਂ, ਉਸਦੇ ਜਿਹੜਾ ਪ੍ਰੋਡਕਟ ਹੈ ਉਸ ਦੀ ਰੀਚ ਵਧਾਉਣੀ, ਮਤਲਬ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਉਹ ਪ੍ਰੋਡਕਟ ਪਹੁੰਚਾਉਣਾ, ਤਾਂ ਕਿ ਲੋਕ ਉਸਨੂੰ ਦੇਖਣ, ਜੇ ਫਿੱਟ ਬੈਠੇ ਤਾਂ ਉਸਨੂੰ ਬਾਏ ਕਰਨ ਜਾਂ ਖਰੀਦ ਲੈਣ। ਹੁਣ ਮੇਨ ਸਵਾਲ ਕੀ ਆਵੇਗਾ ਤੁਹਾਡੇ ਮਾਈਂਡ ਵਿੱਚ, ਕਿ ਬੈਸਟ ਡਿਜੀਟਲ ਦਾ ਕੋਰਸ ਕਿੱਥੋਂ ਅਸੀਂ ਲਈਏ, ਮਤਲਬ ਕਿ ਕਿੱਥੋਂ ਕੰਪਲੀਟ ਕਰੀਏ। ਦੇਖੋ, ਔਨਲਾਈਨ ਵੀ ਤੁਹਾਨੂੰ ਬਹੁਤ ਸਾਰਾ ਮਿਲ ਜਾਵੇਗਾ, ਅਤੇ ਆਫਲਾਈਨ ਵੀ ਬਹੁਤ ਹੀ ਬਹੁਤ ਜ਼ਿਆਦਾ ਸੈਂਟਰ ਨੇ ਡਿਜੀਟਲ ਮਾਰਕੀਟਿੰਗ ਦਾ ਜਿਹੜਾ ਕੋਰਸ ਕਰਾਉਂਦੇ ਨੇ। ਐਂਡ ਕਈ ਬੈਸਟ ਕੰਪਨੀਆਂ ਇਸ ਤਰ੍ਹਾਂ ਦੀ ਹੈ, ਡਿਜੀਟਲ ਮਾਰਕੀਟਿੰਗ ਦਾ ਕੋਰਸ ਕਰਾਉਣ ਤੋਂ ਬਾਅਦ ਉਹ ਖੁਦ ਰੈਕਮੈਂਡ ਕਰਦੇ ਨੇ ਕੰਪਨੀ ਨੂੰ ਕਿ ਇਹ ਸਾਡਾ ਸਿਖਾਇਆ ਹੋਇਆ ਬੰਦਾ ਹੈ, ਇਸ ਨੂੰ ਪ੍ਰੈਫਰੈਂਸ ਦਿਓ, ਇਸ ਨੂੰ ਜੋਬ 'ਤੇ ਰੱਖੋ ਤੁਸੀਂ।
ਕਿਉਂਕਿ ਡੀਲ ਹੁੰਦੀ ਆ ਆਫਿਸ 'ਚ ਵੀ ਹਾਂ ਸਾਨੂੰ ਵਧੀਆ ਵਧੀਆ ਮੁਲਾਜ਼ਮ ਯਾਨੀ ਇੰਪਲੋਇਜ਼ ਸਾਨੂੰ ਪ੍ਰੋਵਾਈਡ ਕਰਾਓ ਤਾਂ ਕਿ ਸਾਡੀ ਕੰਪਨੀ ਤਰੱਕੀ ਕਰੇ। ਇਸ ਹਿਸਾਬ ਨਾਲ ਕੀ ਹੈ ਜਿਹੜੇ ਵੀ ਆਪਾਂ ਕਈ ਇਸ ਤਰ੍ਹਾਂ ਦੇ ਉਹ ਨੇ ਇੰਸਟੀਟਿਊਟ ਨੇ ਜਿਹੜੇ ਡਿਜੀਟਲ ਮਾਰਕੀਟਿੰਗ ਦਾ ਕੋਰਸ ਵੀ ਕਰਾਉਂਦੇ ਨੇ ਅਤੇ ਜੋਬ ਵਾਸਤੇ ਖੁਦ ਭੇਜਦੇ ਨੇ, ਰੈਕਮੈਂਡ ਕਰਦੇ ਨੇ ਅੱਗੇ ਕੰਪਨੀ ਨੂੰ। ਹੁਣ ਸਵਾਲ ਇਹ ਉੱਠਦਾ ਹੈ ਕਿ ਬੈਸਟ ਡਿਜੀਟਲ ਮਾਰਕੀਟਿੰਗ ਕਿਹੜਾ ਜੁਆਇਨ ਕਰੀਏ ਜੋ ਸਾਨੂੰ ਜੋਬ ਵਾਸਤੇ ਵੀ ਅੱਗੇ ਪ੍ਰਮੋਟ ਕਰੇ, ਵੀ ਕੰਪਨੀ ਨਾਲ ਸਾਡੀ ਗੱਲ ਕਰਵਾ ਦੇ। ਠੀਕ ਹੈ, ਤਾਂ ਅਲੱਗ ਅਲੱਗ ਏਰੀਏ ਵਿੱਚ ਪੰਜਾਬ ਦੇ ਕਾਫੀ ਵੱਡੇ ਵੱਡੇ ਸ਼ਹਿਰਾਂ ਵਿੱਚ ਅਲੱਗ ਅਲੱਗ ਇੰਸਟੀਟਿਊਟ ਨੇ, ਜਿਵੇਂ ਬਠਿੰਡਾ ਵਿੱਚ ਗੁਰੂਕੁਲ ਹੈ ਜੋ ਹਾਂ ਕੋਰਸ ਵੀ ਕੰਪਲੀਟ ਕਰਾਉਂਦਾ ਹੈ ਅਤੇ ਅੱਗੇ ਰੈਕਮੈਂਡ ਵੀ ਕਰਦਾ ਹੈ। ਹੁਣ ਜੇ ਤੁਸੀਂ ਕਿਸੇ ਅਦਰ ਸ਼ਹਿਰ ਤੋਂ ਇਹ ਵੀਡੀਓ ਦੇਖ ਰਹੇ ਹੋ ਤਾਂ ਸ਼ਹਿਰ ਦਾ ਨਾਮ ਵੀਡੀਓ ਵਿੱਚ ਕਮੈਂਟ ਕਰ ਦਿਓ, ਮੈਂ ਫਾਇੰਡ ਕਰਕੇ ਤੁਹਾਨੂੰ ਕਮੈਂਟ ਵਿੱਚ ਰਿਪਲਾਈ ਕਰ ਦਾਂਗਾ ਕਿ ਇਹ ਕੋਰਸ ਤੁਸੀਂ ਡਿਜੀਟਲ ਮਾਰਕੀਟਿੰਗ ਦਾ ਬਾਏ ਕਰ ਸਕਦੇ ਹੋ ਜਾਂ ਲਰਨ ਕਰ ਸਕਦੇ ਹੋ। ਠੀਕ ਹੈ, ਇਸ ਤੋਂ ਇਲਾਵਾ ਹੁਣ ਆਪਾਂ ਗੱਲ ਕਰ ਲੈਂਦੇ ਹਾਂ ਕਿ ਜੋਬ ਪ੍ਰੋਫਾਈਲ ਕੀ ਹੈ। ਦੇਖੋ ਸਿੰਪਲ ਜੀ ਹੈ, ਸਿਟਿੰਗ ਜੋਬ ਹੈ, ਆਰਾਮ ਨਾਲ ਚੇਅਰ 'ਤੇ ਬੈਠ ਕੇ ਲੈਪਟਾਪ ਜਾਂ ਕੰਪਿਊਟਰ 'ਤੇ ਕੰਮ ਕਰਨਾ ਹੈ। 10 ਵਜੇ ਤੋਂ ਲੈ ਕੇ 6 ਵਜੇ ਦੀ ਟਾਈਮਿੰਗ ਹੁੰਦੀ ਹੈ, ਥੋੜ੍ਹਾ ਲੇਟ ਸੈਟ ਵੀ ਹੋ ਸਕਦਾ ਜੇ ਵਰਕਲੋਡ ਜ਼ਿਆਦਾ ਹੋਵੇ। ਸਿੰਪਲ ਜੀ ਗੱਲ, ਸੈਲਰੀ 20 ਤੋਂ 30 ਹਜ਼ਾਰ ਤੁਹਾਨੂੰ ਈਜ਼ੀਲੀ ਬਿਨਾਂ ਐਕਸਪੀਰੀਅੰਸ ਤੋਂ ਵੀ ਮਿਲ ਜਾਂਦੀ ਹੈ। ਜੇ ਤੁਹਾਨੂੰ ਸੈੱਟ ਮਤਲਬ ਤੁਹਾਡਾ ਹੱਥ ਸੈੱਟ ਹੈ, ਡਿਜੀਟਲ ਮਾਰਕੀਟਿੰਗ ਦੀ ਨੌਲੇਜ ਹੈ, ਤਾਂ ਈਜ਼ੀਲੀ ਤੁਹਾਨੂੰ 20 ਤੋਂ 30 ਹਜ਼ਾਰ ਦੀ ਸੈਲਰੀ ਮਿਲ ਜਾਂਦੀ ਹੈ। ਅਤੇ ਇੱਕ ਗੱਲ ਹੋਰ ਮੇਨ, ਇਹ ਕੋਰਸ ਦੀ ਟਾਈਮਿੰਗ ਕੀ ਹੈ। ਕੋਰਸ 6 ਤੋਂ ਲੈ ਕੇ 8 ਮਹੀਨੇ ਦੇ ਅੰਦਰ ਅੰਦਰ ਕੰਪਲੀਟ ਹੋ ਜਾਂਦਾ ਹੈ। ਅਤੇ ਇਸਦੇ ਪ੍ਰਾਈਜਸ ਦੀ ਗੱਲ ਕਰੀਏ ਵੀ ਕੋਰਸ ਦਾ ਪ੍ਰਾਈਜ਼ ਕੀ ਹੁੰਦਾ ਹੈ, ਦੇਖੋ ਮਿਨੀਮਮ ਪ੍ਰਾਈਜ਼ ਦੀ ਗੱਲ ਕਰੀਏ ਤਾਂ 35 ਹਜ਼ਾਰ ਨੋਰਮਲ ਹੈ, ਮਤਲਬ ਕਿ 6-8 ਮਹੀਨਿਆਂ ਦਾ 35 ਹਜ਼ਾਰ ਤਾਂ ਨੋਰਮਲ ਹੈ। ਬਟ ਕਈ ਇੰਸਟੀਟਿਊਟ ਦਾ ਥੋੜ੍ਹਾ ਹਾਈ ਰੇਟ ਵੀ ਹੁੰਦਾ, ਜਿਵੇਂ 50 ਹਜ਼ਾਰ ਤੋਂ ਲੈ ਕੇ 60 ਹਜ਼ਾਰ ਤੱਕ ਵੀ ਇਹ ਜਿਹੜਾ ਕੋਰਸ ਦੀ ਫੀਸ ਹੁੰਦੀ ਹੈ। ਐਂਡ ਜੇ ਤੁਸੀਂ ਔਨਲਾਈਨ ਕਰੋਗੇ ਤਾਂ ਬਹੁਤ ਹੀ ਚੀਪ ਰੇਟ 'ਤੇ ਮਿਲ ਜਾਵੇਗਾ ਤੁਹਾਨੂੰ, 300 ਤੋਂ 3500 ਤੱਕ ਦੇ ਪ੍ਰਾਈਜ਼ ਵਿੱਚ ਇਹ ਕੋਰਸ ਤੁਸੀਂ ਜੁਆਇਨ ਈਜ਼ੀਲੀ ਕਰ ਸਕਦੇ ਹੋ। ਬਟ ਔਨਲਾਈਨ ਕਰੇ ਦਾ ਫਾਇਦਾ ਨਹੀਂ, ਆਪਾਂ ਉਹਨਾਂ ਤੋਂ ਕੁਝ ਪੁੱਛ ਨਹੀਂ ਸਕਦੇ, ਉਹ ਆਪਾਂ ਨੂੰ ਕੀ ਡਾਊਟ ਨੇ ਇਹ ਆਪਾਂ ਡਿਸਕਸ ਨਹੀਂ ਕਰ ਸਕਦੇ। ਕਰੋ ਤਾਂ ਔਫਲਾਈਨ ਕਰੋ, ਵਿਦ ਸਰਟੀਫਿਕੇਟ ਵੀ ਤੁਹਾਨੂੰ ਮਿਲੇਗਾ, ਜੋ ਕਿਤੇ ਵੀ ਤੁਸੀਂ ਜੋਬ ਕਰਨ ਜਾਓਗੇ ਜਾਂ ਜੋਬ ਚੇਂਜ ਕਰੋਗੇ ਆਪਦੀ, ਉੱਥੇ ਤੁਹਾਡੇ ਲਈ ਬੈਨੀਫਿਟ ਹੋਵੇਗਾ। ਓਕੇ ਦੋਸਤੋ, ਇਹ ਤਾਂ ਮੈਂ ਤੁਹਾਨੂੰ ਨੋਰਮਲ ਜੀ ਸਿੰਪਲ ਭਾਸ਼ਾ ਵਿੱਚ ਡਿਜੀਟਲ ਮਾਰਕੀਟਿੰਗ ਬਾਰੇ ਦੱਸਿਆ ਸੀ ਕਿ ਡਿਜੀਟਲ ਮਾਰਕੀਟਿੰਗ ਦੀ ਅੱਗੇ ਫਿਊਚਰ ਵਿੱਚ ਕਿੰਨੀ ਜ਼ਰੂਰਤ ਹੋਣ ਵਾਲੀ ਹੈ। ਬਾਕੀ ਜੇ ਡਿਜੀਟਲ ਮਾਰਕੀਟਿੰਗ ਬਾਰੇ ਕੋਈ ਹੋਰ ਇਨਫੋਰਮੇਸ਼ਨ ਲੈਣੀ ਹੈ ਤਾਂ ਵੀਡੀਓ ਵਿੱਚ ਕਮੈਂਟ ਕਰ ਦਿਓ, ਉਸ ਦੇ ਰਿਗਾਰਡਿੰਗ ਮੈਂ ਤੁਹਾਨੂੰ ਕਲਾਸਿਸ ਪ੍ਰੋਵਾਈਡ ਕਰਵਾ ਦਾਂਗਾ।